ਸੰਗਰੂਰ ਦੇ ਵਿਚ ਹੁਣ ਸੜਕਾਂ ਦੀ ਸਫਾਈ ਵੈਕਿਊਮ ਮਸ਼ੀਨਾਂ ਦੇ ਨਾਲ ਕੀਤੀ ਜਾਵੇਗੀ। ਦੱਸ ਦਈਏ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਪਰਾਜ ਨੇ ਸੰਗਰੂਰ ਵਾਸੀਆਂ ਨੂੰ ਇਹ ਸੌਗਾਤ ਦਿੱਤੀ ਹੈ। 16 ਲੱਖ ਦੀ ਵੈਕਿਊਮ ਮਸ਼ੀਨ ਦੇ ਨਾਲ ਹੁਣ ਸੰਗਰੂਰ ਦੀਆਂ ਸੜਕਾਂ ਦੀ ਸਫਾਈ ਹੋਇਆ ਕਰੇਗੀ। ਸੜਕਾਂ ਤੇ ਅਵਾਰਾ ਘੁੰਮਣ ਵਾਲੇ ਪਸ਼ੂਆਂ ਨੂੰ ਫੜਨ ਲਈ 19 ਲੱਖ ਰੁਪਏ ਦੀ ਵੱਡੀ ਮਸ਼ੀਨ ਅਤੇ ਟਰੈਕਟਰ ਵੀ ਅੱਜ ਵਿਧਾਇਕ ਨਰਿੰਦਰ ਕੌਰ ਪਰਾਜ ਨੇ ਨਗਰ ਕੌਂਸਲ ਨੂੰ ਸੌਂਪਿਆ। ਦੱਸ ਦਈਏ ਇਸ ਦੇ ਨਾਲ ਹੀ ਸੜਕਾਂ ਦੇ ਉੱਤੇ ਘੁੰਮਦੇ ਅਵਾਰਾ ਪਸ਼ੂਆਂ ਕਾਰਨ ਜੋ ਹਾਦਸੇ ਵਾਪਰ ਰਹੇ ਸਨ ਉਹਨਾਂ ਤੋਂ ਵੀ ਲੋਕਾਂ ਨੂੰ ਹੁਣ ਰਾਹਤ ਮਿਲੇਗੀ। ਇਹ ਜਿਹੜੀ ਵੈਕਿਊਮ ਹੈ ਜਿਹੜਾ ਮਸ਼ੀਨ ਹੈਗੀ ਆ ਜਿਹਦੇ ਨਾਲ ਰੋਡ ਦੇ ਉੱਪਰ ਜਿਹੜੀ ਕੋਈ ਗੰਦਗੀ ਆ ਕੋਈ ਵੀ ਉਹ ਜਿਹੜੀ ਉਹ ਵੈਕਿਊਮ ਕਰਦੀ ਆ ਅਤੇ ਬਹੁਤ ਵਧੀਆ ਜਿਹੜੀ ਇਹਦੇ ਨਾਲ ਸ਼ਹਿਰ ਦੇ ਵਿੱਚ ਜਿਹੜੀ ਸਫਾਈ ਨੂੰ ਲੈ ਕੇ ਜਿਹੜੀ ਗੰਦਗੀ ਨੂੰ ਲੈ ਕੇ ਜਿਹੜੀ ਸੀਗੀ ਪ੍ਰੋਬਲਮ ਉਹਨੂੰ ਜਿਹੜਾ ਹੱਲ ਕੀਤਾ ਜਾਊਗਾ। ਤਕਰੀਬਨ ਜਿਹੜੀ 16 ਲੱਖ ਦੀ ਜਿਹੜੀ ਇਹਦੀ ਕੋਸਟ ਹੈਗੀ ਆ ਔਰ ਸਾਡੇ ਜਿਹੜੇ ਅੱਜ ਸ਼ਹਿਰ ਦੇ ਵਿੱਚ ਉਹਨੂੰ ਜਿਹੜੀ ਮੇਰੇ ਨਾਲ ਮਾਣਯੋਗ ਸਾਡੇ ਐਸ ਡੀ ਐਮ ਸਾਹਿਬ ਨੇ ਅਤੇ ਸਾਰਾ ਨਗਰ ਕੌਂਸਲ ਦਾ ਜਿਹੜਾ ਪ੍ਰਸ਼ਾਸਨ ਹੈਗਾ ਸਾਰੇ ਵਲੰਟੀਅਰ ਨੇ ਅਤੇ ਅੱਜ ਉਹਨੂੰ ਜਿਹੜੀ ਹਰੀ ਝੰਡੀ ਦਿੱਤੀ ਹੈ। ਮੈਨੂੰ ਉਮੀਦ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਰੂਰ ਦੀਆਂ ਜਿਹੜੀਆਂ ਸਾਡੀਆਂ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਨੇ ਉਹ ਜ਼ਰੂਰ ਚਮਕਣਗੀਆਂ। ਹਾਂ, ਇਹਨਾਂ ਦਾ ਜਿਹੜਾ ਸ਼ਡਿਊਲ ਆ ਅੱਜ ਕਿਉਂਕਿ ਮਸ਼ੀਨ ਨੂੰ ਅਸੀਂ ਹਰੀ ਝੰਡੀ ਦਿੱਤੀ ਹੈ ਤਾਂ ਸ਼ਡਿਊਲ ਜਿਹੜਾ ਸਾਰਾ ਨਾਲ ਬਣ ਗਿਆ ਉਹ ਨਗਰ ਕੌਂਸਲ ਵੱਲੋਂ ਜਿਹੜਾ ਸਾਰਾ ਕਲੀਅਰ ਕਰ ਦਿੱਤਾ ਜਾਵੇਗਾ ਅਤੇ ਨਾਲ ਹੀ ਜਿਹੜਾ ਇੱਕ ਟਰੈਕਟਰ ਹੈਗਾ 7 ਲੱਖ ਰੁਪਏ ਦੀ ਕੋਸਟ ਜਿਹੜੀ ਹੈਗੀ ਆ ਕਿਉਂਕਿ ਸਾਡੇ ਕੋਲ ਟਰਾਲੀਆਂ ਹੈਗੀਆਂ ਨੇ ਟਰੈਕਟਰ ਆਲਰੇਡੀ ਸਾਡੇ ਕੋਲ ਸ਼ੋਰਟੇਜ ਸੀਗੀ ਇੱਕ ਟਰੈਕਟਰ ਜਿਹੜਾ ਹੈਗਾ ਅਤੇ ਇੱਕ ਸਾਡੀ ਜਿਹੜੀ ਹੈਗੀ ਆ ਕੈਟਲ ਕੈਚਰ ਆ ਜਿਹੜਾ ਕਿ ਅਵਾਰਾ ਪਸ਼ੂ ਨੇ ਜਿਹੜੇ ਸ਼ਹਿਰ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਨੂੰ ਚੁੱਕਣ ਦੇ ਲਈ ਤਕਰੀਬਨ 19 ਲੱਖ ਰੁਪਏ ਦਾ ਜਿਹੜਾ ਕੈਟਲ ਕੈਚਰ ਆ ਜਿਹੜਾ ਅਸੀਂ ਲੈ ਕੇ ਆਏ ਹਾਂ ਜਿਹਦੇ ਨਾਲ ਅਵਾਰਾ ਪਸ਼ੂ ਜਿਹੜੇ ਸੜਕਾਂ 'ਤੇ ਜਿਹਨਾਂ ਨਾਲ ਹਾਦਸੇ ਵੀ ਅਸੀਂ ਦੇਖਦੇ ਹਾਂ ਕਿ ਰੋਜ਼ ਵਾਪਰਦੇ ਆ ਉਹਨਾਂ ਨੂੰ ਵੀ ਜਿਹੜਾ ਨਜਿੱਠਣ ਦੇ ਲਈ ਸਾਡੇ ਕੋਲ ਜਿਹੜੇ ਸਾਰੇ ਪੁਖਤਾ ਪ੍ਰਬੰਧ ਨੇ ਅੱਜ ਨਗਰ ਕੌਂਸਲ ਸੰਗਰੂਰ ਦੇ ਵਿੱਚ ਜਿਹੜੇ ਕੀਤੇ ਗਏ। ਸੋ ਮੈਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਸਾਡੇ ਸੰਗਰੂਰ ਵਾਸੀਆਂ ਦੇ ਵੱਲੋਂ ਅਤੇ ਸਾਡੇ ਸਾਰੇ ਵਰਕਰ ਸਾਹਿਬਾਨਾਂ ਦੇ ਵੱਲੋਂ ਉਹਨਾਂ ਦਾ ਮੈਂ ਧੰਨਵਾਦ ਕਰਦੀ ਹਾਂ ਕਿ ਜਿਹੜਾ ਉਹਨਾਂ ਨੇ ਇਹ ਸਾਨੂੰ ਸੰਗਰੂਰ ਨੂੰ ਜਿਹੜੀਆਂ ਵੈਕਿਊਮ ਮਸ਼ੀਨ ਜਿਹੜੀ ਦਿੱਤੀ ਹੈ ਔਰ ਇਹਦੇ ਨਾਲ ਹੀ ਜਿਹੜੀ ਕੈਟਲ ਕੈਚਰ ਜਿਹੜੀ ਸਾਡੇ ਨਗਰ ਕੌਂਸਲ ਦੇ ਵਿੱਚ ਆਈ ਹੈ ਸੋ ਉਹਦੇ ਲਈ ਧੰਨਵਾਦ ਕਰਦੀ ਹਾਂ। ਇਸ ਦੌਰਾਨ ਵਿਧਾਇਕ ਨਰਿੰਦਰ ਕੌਰ ਪਰਾਜ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਜੋ ਮੁਸ਼ਕਲਾਂ ਪੇਸ਼ ਆ ਰਹੀਆਂ ਸਨ ਉਸ ਦਾ ਹੁਣ ਹੱਲ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ 16 ਲੱਖ ਦੀ ਵੈਕਿਊਮ ਮਸ਼ੀਨ ਦੇ ਨਾਲ ਸੜਕਾਂ ਦੀ ਸਫਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ 19 ਲੱਖ ਰੁਪਏ ਦੀ ਵੱਡੀ ਮਸ਼ੀਨ ਤੇ ਟਰੈਕਟਰ ਵੀ ਨਗਰ ਕੌਂਸਲ ਨੂੰ ਸੌਂਪ ਦਿੱਤਾ ਗਿਆ ਜਿਸ ਦੇ ਨਾਲ ਸੜਕਾਂ ਦੇ ਉੱਤੇ ਘੁੰਮਦੇ ਅਵਾਰਾ ਪਸ਼ੂਆਂ ਨੂੰ ਫੜਿਆ ਜਾਵੇਗਾ ਅਤੇ ਕੈਟਲ ਪਾਉਂਡ ਦੇ ਵਿੱਚ ਪਹੁੰਚਾਇਆ ਜਾਵੇਗਾ ਤਾਂ ਜੋ ਸ਼ਹਿਰ ਦੇ ਵਿੱਚ ਹੋ ਰਹੇ ਹਾਦਸਿਆਂ ਤੇ ਨਕੇਲ ਕੱਸੀ ਜਾ ਸਕੇ। ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ।